ਹੇ ਪਰਮ ਪਿਤਾ ਪਰਮਾਤਮਾ, ਅੱਜ ਦਾ ਦਿਨ ਆਪ ਜੀ ਦੇ ਪਾਵਨ ਪਵਿੱਤਰ ਨਾਮ ਤੋਂ ਸ਼ੁਰੂ ਕਰਨ ਲੱਗਾ ਹਾਂ ਜੀ। ਆਪ ਜੀ ਹਮੇਸ਼ਾ ਮੇਰੇ ਅੰਗ ਸੰਗ ਸਹਾਈ ਰਹਿਣਾ ਜੀ। ਛੇਤੀ ਛੇਤੀ ਹੋ ਜਾਣਾ ਏ ਮੇਰਾ ਵੇ, ਮੈਂ ਅੱਲਾ ਨੂੰ ਸਿਫਾਰਿਸ਼ਾਂ ਲਾਈਆਂ ਨੇ, ਤੂੰ ਛੇਤੀ ਛੇਤੀ ਹੋ ਜਾਣਾ ਏ ਮੇਰਾ ਵੇ। ਗੁਫ਼ਤਗੂ ਸਾਰਾ ਦਿਨ ਕਰਦੇ ਰਹਿੰਦੇ ਆ, ਦਿਲ ਦੀਆਂ ਉਹਦੇ ਅੱਗੇ ਤਰਦੇ ਰਹਿੰਦੇ ਆ, ਸੋਹਣਿਆ ਹੋ ਗਿਆ ਬਥੇਰਾ ਵੇ। ਹਰਪ੍ਰੀਤ ਐਂਡ ਉਸਦੇ ਪਰਿਵਾਰ ਨੂੰ 12 ਸਾਲ ਪਹਿਲਾਂ ਡੇਰਾ ਬਿਆਸ ਵਿਖੇ ਸੇਵਾ ਕਰਦੇ ਹੋਏ ਮਿਲਿਆ ਸੀ। ਬਹੁਤ ਸਾਡਾ ਪਿਆਰ ਸੀਗਾ ਦੋਹਾਂ ਫੈਮਿਲੀ ਦਾ, ਸਪੈਸ਼ਲੀ ਮੇਰਾ ਮਾਤਾ ਜੀ ਨਾਲ। ਅਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਰੁਝੇਵਿਆਂ 'ਚ ਮੈਂ ਰੁੱਝ ਗਿਆ, ਮੈਂ ਕੈਨੇਡਾ ਚਲਾ ਗਿਆ ਅਤੇ ਅਰੁਣ ਹੁਣੀ ਆਪੋ ਆਪਣੇ ਰਾਹੇ ਤੁਰ ਪਏ। ਫਿਰ ਬਾਬਾ ਜੀ ਨੇ ਦੁਬਾਰਾ ਸਬੱਬ ਬਣਾਇਆ ਅਤੇ ਸਾਡਾ ਦੁਬਾਰਾ ਮੇਲ ਹੋਇਆ 12 ਸਾਲਾਂ ਬਾਅਦ ਮਾਸੀ ਦੇ ਥਰੂ। ਅਤੇ ਬਹੁਤ ਵਧੀਆ ਇੱਕ ਸਾਲ ਗੁਜ਼ਰਿਆ ਜੀ, ਇੱਕ ਸਾਲ ਹੋ ਗਿਆ ਸਾਡੀ ਇੰਗੇਜਮੈਂਟ ਨੂੰ ਮੇਰੀ ਔਰ ਹਰਪ੍ਰੀਤ ਦੀ। ਅਤੇ ਦੋਹਾਂ ਪਰਿਵਾਰਾਂ 'ਚ ਬਹੁਤ ਪਿਆਰ ਹੈ, ਸਾਰੀ ਰਿਸ਼ਤੇਦਾਰੀ ਨੇ ਬਹੁਤ ਪਿਆਰ ਦਿੱਤਾ ਹੈ। ਅੱਗੇ ਵੀ ਇਹੀ ਉਮੀਦ ਹੈ ਕਿ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਦਗੀ ਗੁਜ਼ਾਰੀਏ। ਔਰ ਅੱਜ ਦੇ ਦਿਨ ਮੈਂ ਔਰ ਹਰਪ੍ਰੀਤ ਗ੍ਰਸਥ ਜੀਵਨ ਧਾਰਨ ਕਰਨ ਜਾ ਰਹੇ ਹਾਂ। ਬਾਬਾ ਜੀ ਦੀ ਬਹੁਤ ਕਿਰਪਾ ਹੈ, ਉਹਨਾਂ ਦੇ ਆਸ਼ੀਰਵਾਦ ਦੀ ਜ਼ਰੂਰਤ ਹੈ ਅਤੇ ਉਮੀਦ ਹੈ ਕਿ ਬਹੁਤ ਪਿਆਰ ਮਿਲੂਗਾ ਸਾਨੂੰ ਸਾਰਿਆਂ ਦੇ ਕੋਲੋਂ ਦੋਹਾਂ ਨੂੰ। ਅਤੇ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਸੱਜਣਾ ਪਿਆਰਿਆਂ ਦਾ, ਜਿਹੜੇ ਜਿਹੜੇ ਵੀ ਦੇਸ਼ਾਂ ਵਿਦੇਸ਼ਾਂ 'ਚੋਂ ਸਾਡੇ ਕੋਲ ਪਹੁੰਚੇ ਨੇ। ਅਤੇ ਆਓ ਅਤੇ ਚਲੀਏ ਫਿਰ ਲਿਆਈਏ ਹਰਪ੍ਰੀਤ ਕੌਰ ਨੂੰ। ਉਹ ਆ ਜਾਓ ਬਾਬਾ, ਆ ਜਾਓ ਡੈਨੀ ਓਏ ਬਰਾੜ, ਚਲੋ ਪਹੁੰਚੀਏ, ਲੇਟ ਹੋ ਗਏ ਆਪਾਂ, ਲੈਟਸ ਗੋ। ਮੈਂ ਅੱਲਾ ਨੂੰ ਸਿਫਾਰਿਸ਼ਾਂ ਲਾਈਆਂ ਨੇ, ਤੂੰ ਛੇਤੀ ਛੇਤੀ ਹੋ ਜਾਣਾ ਮੇਰਾ ਵੇ। ਹੋ ਮੈਂ ਅੱਲਾ ਨੂੰ ਸਿਫਾਰਿਸ਼ਾਂ ਲਾਈਆਂ ਨੇ, ਤੂੰ ਛੇਤੀ ਛੇਤੀ ਹੋ ਜਾਣਾ ਮੇਰਾ ਵੇ। ਲੜਦਿਆਂ ਜ਼ਮਾਨੇ ਨਾ ਦੇਖਿਆ ਏ ਦਿਲ ਤੇਰਾ
ਵਿੱਚ ਰਵੇ। ਮੈਂ ਅੱਲਾ ਨੂੰ ਸਿਫਾਰਿਸ਼ਾਂ ਲਾਈਆਂ ਨੇ, ਤੂੰ ਛੇਤੀ ਛੇਤੀ ਹੋ ਜਾਣਾ ਏ ਮੇਰਾ ਵੇ। ਓ ਮੈਂ ਅੱਲਾ ਨੂੰ ਸਿਫਾਰਿਸ਼ਾਂ ਲਾਈਆਂ ਨੇ, ਤੂੰ ਛੇਤੀ ਛੇਤੀ ਹੋ ਜਾਣਾ ਏ ਮੇਰਾ। ਸ਼ਾਇਰੀਆਂ ਲਿਖ ਕੇ ਭਰੇ ਡਾਇਰੀਆਂ, ਤੇਰੀ ਯਾਦ ਨਾਲ ਮੇਰਾ ਹੁੰਦਾ ਏ ਸਵੇਰਾ ਵੇ। ਮੈਂ ਅੱਲਾ ਨੂੰ ਸਿਫਾਰਿਸ਼ਾਂ ਲਾਈਆਂ ਨੇ, ਤੂੰ ਛੇਤੀ ਛੇਤੀ ਹੋ ਜਾਣਾ।